ਪਹਿਲੇ ਕੁਝ ਸਿਆਸੀ ਸੀ ਕੁਝ ਹੋਰ ਤਰ੍ਹਾਂ ਸੀ ਲੇਕਿਨ ਜੋ ਮਹਾਰਾਜ ਦੀ ਬਖਸ਼ਿਸ਼ ਹੈ ਉਹ ਹੈ ਕਿ ਆਪ ਜੀ ਵਡਭਾਗੇ ਹੋ ਕਿਸਮਤ ਵਾਲੇ ਹੋ ਉਸ ਅਕਾਲ ਪੁਰਖ ਵਾਹਿਗੁਰੂ ਜੀ ਨੇ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਆਪ ਜੀ ਨੂੰ ਅੱਜ ਸਾਹ ਵਡਭਾਗਾ ਸਮਾਂ ਬਖਸ਼ਿਆ ਕਿ ਇੰਡੀਆ ਅਤੇ ਪਾਕਿਸਤਾਨ ਦੀ ਬਣਨ ਤੋਂ ਬਾਅਦ ਭਾਈ ਦਸ਼ਮੇਸ਼ ਪਿਤਾ ਜੀ ਦਾ ਜੋ ਪ੍ਰਕਾਸ਼ ਗੁਰਪੁਰਬ ਹੈ ਸ਼੍ਰੀ ਅਖੰਡ ਪਾਠ ਸਾਹਿਬ ਆਰੰਭ ਕਰਕੇ ਜੋ ਮਨਾਇਆ ਗਿਆ ਹੈ ਉਹ ਕਰਤਾਰਪੁਰ ਸਾਹਿਬ ਦੇ ਵਿੱਚ ਪਹਿਲੀ ਦਫ਼ਾ ਹੈ ਔਰ ਉਸ ਤੋਂ ਬਾਅਦ ਵੱਡੀ ਗੱਲ ਇਹ ਹੈ ਕਿ ਜਿੱਥੇ ਇਸ ਟਾਈਮ ਤੁਸੀਂ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਡਿੱਗੀ ਗੋਦੇ ਬੈਠੇ ਹੋ ਗੁਰੂ ਸਾਹਿਬ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੇ ਹੋ ਆਪਣਾ ਜੀਵਨ ਸਫਲ ਕਰ ਰਹੇ ਹੋ ਔਰ ਇਹ ਅਸਥਾਨ ਜੋ ਗੁਰੂ ਸਾਹਿਬ ਜੀ ਵਾਸਤੇ ਬਣਿਆ ਹੈ ਇਸ ਦੀਵਾਨ ਅਸਥਾਨ ਦੇ ਉੱਤੇ ਜਿਹੜੀ ਆਪਦੀ ਅਰਦਾਸ ਹੋਈ ਹੈ ਉਹ ਪਹਿਲੀ ਅਰਦਾਸ ਹੋਈ ਹੈ ਉਸ ਪਹਿਲੀ ਅਰਦਾਸ ਦੇ ਵਿੱਚ ਆਪ ਜੀ ਨੇ ਹਾਜ਼ਰੀ ਭਰੀ ਆਪ ਜੀ ਦੇ ਜੀਵਨ ਦੇ ਵਿੱਚ ਲਿਖਿਆ ਗਿਆ ਹੈ ਕਿ ਕਰਤਾਰਪੁਰ ਸਾਹਿਬ ਜਿਹੜਾ ਨਵਾਂ ਦੀਵਾਨ ਅਸਥਾਨ ਬਣਿਆ ਸੀ ਜਦੋਂ ਗੁਰੂ ਸਾਹਿਬ ਜੀ ਦਾ ਪਹਿਲੇ ਦਿਨ ਪ੍ਰਕਾਸ਼ ਹੋਇਆ ਸੀ ਉਸ ਪਰ ਉਸ ਸੇਵਾ ਦੇ ਵਿੱਚ ਉਸ ਅਰਦਾਸ ਦੇ ਵਿੱਚ ਆਪ ਜੀ ਨੇ ਹਾਜ਼ਰੀ ਭਰੀ ਸੋ ਆਪ ਜੀ ਬਹੁਤ ਵਿਭਾਗੀ ਹੋ ਕਿਸਮਤ ਵਾਲੇ ਹੋ ਔਰ ਇਹੀ ਅਰਦਾਸ ਹੈ ਕਿ ਵਾਹਿਗੁਰੂ ਆਪ ਜੀ ਦੀ ਹਾਜ਼ਰੀ ਪ੍ਰਵਾਨ ਕਰੇ ਔਰ ਇਸੇ ਹੀ ਤਰ੍ਹਾਂ ਖੁਸ਼ੀਆਂ ਦੇ ਨਾਲ ਖੁਸ਼ੀਆਂ ਖੇੜਿਆਂ ਦੇ ਨਾਲ ਆਪ ਜੀ ਨੂੰ ਆਪਣੇ ਸਪਿੱਤਰ ਸਥਾਨ ਦੇ ਖੁੱਲ੍ਹੇ ਦਰਸ਼ਨ ਦੀਦਾਰੇ ਬਖਸ਼ੇ ਅਤੇ ਗੁਰੂ ਪਿਆਰੇ ਸਾਹਿਬ ਸੰਗਤ ਜੀ ਜਿਹੜੇ ਸਾਡੇ ਪਾਠੀ ਸਮਾਨ ਸਨ ਜੋ ਪੰਜਾਬ ਸਾਹਿਬ ਤੋਂ ਆਏ ਸਨ ਉਹਨਾਂ ਨੂੰ ਉਸ ਟਾਈਮ ਸ਼ਰੋਪੇ ਨਹੀਂ ਦਿੱਤੇ ਮੈਂ ਕਿਹਾ ਇਹਨਾਂ ਦੀ ਰਿਸਪੈਕਟ ਹੈ ਇੱਜ਼ਤ ਮਾਨ ਸਤਿਕਾਰ ਹੈ ਇਹਨਾਂ ਨੇ ਆ ਕੇ ਗੁਰੂ ਸਾਹਿਬ ਜੀ ਦੀ ਹਾਜ਼ਰੀ ਭਰੀ ਤੋ ਮੈਂ ਉਹਨਾਂ ਦੇ ਚਰਨਾਂ ਵਿੱਚ ਬੇਨਤੀ ਕਰਾਂਗਾ ਕਿ ਆ ਕੇ ਗੁਰੂ ਘਰ ਦੀ ਬਖਸ਼ੋ ਸ਼ਰੋਪਾ ਪ੍ਰਵਾਨ ਕਰਨ ਸਭ ਤੋਂ ਪਹਿਲੇ ਮੈਂ ਬੇਨਤੀ ਕਰਾਂਗਾ ਭਾਈ ਸੁਰਿੰਦਰ ਸਿੰਘ ਰਾਜੂ ਜੀ ਨੂੰ ਜੋ ਹੈੱਡ ਗ੍ਰੰਥੀ ਹਨ ਗੁਰਦੁਆਰਾ ਰੋੜੀ ਸਾਹਿਬ ਦੇ ਆ ਕੇ ਗੁਰੂ ਘਰ ਦੀ ਬਖਸ਼ੋ ਸ਼ਰੋਪਾ ਪ੍ਰਵਾਨ ਕਰਨ ਭਾਈ ਸੁਰਿੰਦਰ ਸਿੰਘ ਰਾਜੂ ਅਗਰ ਉਹ ਆਪ ਨਹੀਂ ਹੈਗੇ ਤਾਂ ਉਹਨਾਂ ਦੇ ਮਾਤਾ ਜੀ ਦੇ ਚਰਨਾਂ 'ਚ ਬੇਨਤੀ ਕਿ ਆ ਕੇ ਉਹਨਾਂ ਦਾ ਸ਼ਰੋਪਾ ਪ੍ਰਵਾਨ ਕਰਨ ਤਾਂ ਮੈਂ ਬੇਨਤੀ ਕਰਾਂਗਾ ਭਾਈ ਸਰਬੱਤ ਸਿੰਘ ਜੀ ਨੂੰ ਜੋ ਸੀਨੀਅਰ ਮੈਂਬਰ ਹਨ ਪਾਕਿਸਤਾਨ ਸਿੰਘ ਗੁਰਦੁਆਰਾ ਪ੍ਰਬੰਧਕ ਕਮੇਟੀ ਉਹ ਆ ਕੇ ਉਹਨਾਂ ਨੂੰ ਪਾਠੀ ਸਿੰਘਾਂ ਨੂੰ ਸ਼ਰੋਪੇ ਨਾਲ ਸਨਮਾਨਿਤ ਕਰਨ ਔਰ ਭਾਈ ਭੀਮ ਸਿੰਘ ਜੀ ਦੇ ਚਰਨਾਂ 'ਚ ਬੇਨਤੀ ਹੈ ਕਿ ਮਹਾਰਾਜ ਲਾਂਬੇ ਬੈਠ ਕੇ ਸੇਵਾ ਕਰਨ ਦੀ ਸਤਿ ਸ਼੍ਰੀ ਅਕਾਲ ਇਸ ਤੋਂ ਬਾਅਦ ਮੈਂ ਬੇਨਤੀ ਕਰਾਂਗਾ ਭਾਈ ਸੁਰਜੀਤ ਸਿੰਘ ਜੀ ਨੂੰ ਜਾ ਕੇ ਗੁਰੂ ਘਰ ਦੀ ਬਖਸ਼ੋ ਸ਼ਰੋਪਾ ਪ੍ਰਵਾਨ ਕਰਨ ਭਾਈ ਸੁਰਜੀਤ ਸਿੰਘ ਜੀ ਸੁਮੀਤ ਸਿੰਘ ਭਾਈ ਸੁਮੀਤ ਸਿੰਘ ਇਹਨਾਂ ਤੋਂ ਬਾਅਦ ਮੈਂ ਭਾਈ ਬੇਨਤੀ ਕਰਾਂਗਾ ਮਨਮੀਤ ਸਿੰਘ ਜੀ ਨੂੰ ਜਾ ਕੇ ਗੁਰੂ ਘਰ ਦੀ ਬਖਸ਼ੋ ਸ਼ਰੋਪਾ ਪ੍ਰਵਾਨ ਕਰਨ ਔਰ ਇਸ ਬੱਚੇ 'ਤੇ ਬਹੁਤ ਵੱਡੀ ਬਖਸ਼ਿਸ਼ ਹੈ ਕਿਉਂਕਿ ਪਰ ਕੱਲ੍ਹ ਜਦੋਂ ਇੰਡੀਆ ਦੀ ਸੰਗਤ ਆਈ ਅਤੇ ਦਾਸ ਪਾਠ ਕਰ ਰਿਹਾ ਸੀ ਕਿਉਂਕਿ ਜਦੋਂ ਇੰਡੀਆ ਦੀ ਸੰਗਤ ਆਉਂਦੀ ਹੈ ਉਹ ਕਹਿੰਦੀ ਉੱਚਾ ਮਾਰ ਕਰਕੇ ਸੁਣਾਓ ਮੇਰੇ ਤੋਂ ਬਾਅਦ ਇਸ ਬੱਚੇ ਦੀ ਰੋਲ ਸੀ ਅਤੇ ਮੈਂ ਪਰੇਸ਼ਾਨ ਹੋ ਗਿਆ ਸੀ ਮੈਂ ਕਿਹਾ ਸੰਗਤ ਗਲਤੀ ਨਾ ਕਰ ਦੇਵੇ ਲੇਕਿਨ ਮੇਰੇ ਤੋਂ ਵੀ ਸ਼ੁੱਧ ਸ਼ੁੱਧ ਪਾਠ ਔਰ ਸਪੀਡ ਵਿੱਚ ਪਾਠ ਇਸ ਬੱਚੇ ਨੇ ਕੀਤਾ ਵਾਹਿਗੁਰੂ ਦੀ ਬਹੁਤ ਬਖਸ਼ਿਸ਼ ਇਸ ਬੱਚੇ 'ਤੇ ਉਸ ਤੋਂ ਬਾਅਦ ਮੈਂ ਬੇਨਤੀ ਕਰਾਂਗਾ ਪਰਮੀਤ ਸਿੰਘ ਆ ਕੇ ਗੁਰੂ ਘਰ ਦੀ ਬਖਸ਼ੋ ਸ਼ਰੋਪਾ ਪ੍ਰਵਾਨ ਕਰਨ ਪਰਮੀਤ ਸਿੰਘ ਜੀ ਪਰਮੀਤ ਸਿੰਘ ਤੋਂ ਬਾਅਦ ਬੇਨਤੀ ਕਰਾਂਗਾ ਭਾਈ ਗੁਰਦੀਪ ਸਿੰਘ ਨੂੰ ਆ ਕੇ ਗੁਰੂ ਘਰ ਦੀ ਬਖਸ਼ੋ ਸ਼ਰੋਪਾ ਪ੍ਰਵਾਨ ਕਰਨ ਭਾਈ ਗੁਰਦੀਪ ਸਿੰਘ ਭਾਈ ਗੁਰਦੀਪ ਸਿੰਘ ਤੋਂ ਬਾਅਦ ਬੇਨਤੀ ਕਰਾਂਗਾ ਦਾਸ ਦੀ ਮਾਤਾ ਜੀ ਜਿਹੜੇ ਇਸ ਉਮਰ ਦੇ ਵਿੱਚ ਵੀ ਦਾਸ ਦੇ ਨਾਲ ਆ ਕੇ ਇੱਥੇ ਸੇਵਾ ਕਰਦੇ ਹਨ ਦਾਸ ਦੀ ਜੋ ਰਿਸਪੋਂਸੀਬਿਲਟੀ ਹੈ ਉਸ ਨੂੰ ਵੰਡਦੇ ਹਨ ਮੇਰੇ ਸਿਰ ਤੋਂ ਕਾਫੀ ਟੈਨਸ਼ਨਾਂ ਦੂਰ ਕਰਦੇ ਹਨ ਮਾਤਾ ਸੁਮਿੰਦਰ ਕੌਰ ਜੀ ਨੂੰ ਜਿਸ ਦੀ ਅਰਦਾਸਾਂ ਦੇ ਸਦਕਿਆਂ ਵਾਹਿਗੁਰੂ ਨੇ ਸਾਨੂੰ ਸੇਵਾ ਬਖਸ਼ੀ ਹੋਈ ਹੈ ਸਾਨੂੰ ਮਾਨ ਸਤਿਕਾਰ ਬਖਸ਼ਿਆ ਉਹ ਵੀ ਅੱਜ ਗੁਰੂ ਘਰ ਦੀ ਬਖਸ਼ੋ ਸ਼ਰੋਪਾ ਪ੍ਰਵਾਨ ਕਰਨ ਮਾਤਾ ਸੁਮਿੰਦਰ ਕੌਰ ਜੀ ਇਹਨਾਂ ਤੋਂ ਬਾਅਦ ਮਾਤਾ ਜੀ ਤੋਂ ਬਾਅਦ ਬੇਨਤੀ ਕਰਾਂਗਾ ਭਾਈ ਗੁਰਮੇਲ ਸਿੰਘ ਜੀ ਨੂੰ ਜੋ ਵੀ ਅੱਗੇ ਗੁਰੂ ਘਰ ਦੀ ਬਖਸ਼ੋ ਸ਼ਰੋਪਾ ਪ੍ਰਵਾਨ ਕਰਨ ਭਾਈ ਗੁਰਮੇਲ ਸਿੰਘ ਜੀ ਆ ਕੇ ਗੁਰੂ ਘਰ ਦੀ ਬਖਸ਼ੋ ਸ਼ਰੋਪਾ ਪ੍ਰਵਾਨ ਕਰਨ ਸਤਿ ਸ੍ਰੀ ਅਕਾਲ
ਪਿਆਰੇ ਸਾਹਿਬ ਸੰਗਤ ਜੀ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਜੀ ਅਤੇ ਆਪ ਜੀ ਨੇ ਮਿਲਦੀ ਪ੍ਰਵਾਨ ਕੀਤੀ ਅਤੇ ਆਪਣੇ ਗੁਰੂ ਸਾਹਿਬ ਦੇ ਅੱਗੇ ਦਰਸ਼ਨ ਕੀਤੇ ਆਪ ਜੀ ਦੀ ਸੇਵਾ ਦੇ ਵਿੱਚ ਬੇਹੱਦ ਫੁੱਲਾਂ ਚੁੱਕਾ ਹੋਈ ਜਾਣਗੀਆਂ।